ਡিয়ার ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਆਪਣਾ ਟੌਪਿਕ ਹੈ ਐਮ ਲਰਨਿੰਗ ਮੀਨਸ ਮੋਬਾਈਲ ਲਰਨਿੰਗ ਮੀਨਸ ਮੋਬਾਈਲ ਦੇ ਜ਼ਰੀਏ ਪੜਨਾ ਮੋਬਾਈਲ ਦੀ ਸਹੈਤਾ ਦੇ ਨਾਲ ਪੜਨਾ ਇਹ ਤੁਸੀਂ ਸ਼ਾਰਟ ਨੋਟ ਦੇ ਲਈ ਵੀ ਪ੍ਰਪੇਅਰ ਕਰਨਾ ਹੈ ਲੌਂਗ ਦੇ ਵਿੱਚ ਵੀ ਜਦੋਂ ਤੁਹਾਨੂੰ ਐਮ ਲਰਨਿੰਗ ਤੇ ਜੇਕਰ ਲੌਂਗ ਨੋਟ ਆਉਂਦਾ ਹੈ ਤਾਂ ਉਹਨਾਂ ਰਿਲੇਟਡ ਜਿਹੜੀ ਵੀਡੀਓ ਅਲੱਗ ਬਣੇਗੀ ਬਟ ਮੀਨਿੰਗ ਤੁਸੀਂ ਇਹ ਸੇਮ ਹੀ ਲਿਖੋਗੇ ਹੁਣ ਮੋਬਾਈਲ ਟੈਕਨੋਲੋਜੀ ਦੀ ਇਕੱਲੇ ਜਾਂ ਹੋਰ ਸੂਚਨਾ ਤੇ ਜਿਹੜੇ ਸੰਚਾਰ ਤਕਨੀਕਾਂ ਨੇ ਉਹਦੇ ਸੁਮੇਲ ਦੇ ਨਾਲ ਮੀਨਸ ਉਹਨਾਂ ਨੂੰ ਇਕੱਠਿਆਂ ਨੂੰ ਵਰਤ ਕੇ ਕਿਸੇ ਸਮੇਂ ਤੇ ਕਿਸੇ ਵੀ ਥਾਂ ਉੱਤੇ ਸੰਭਵ ਬਣਾਉਣ ਲਈ ਵਰਤੋਂ ਦੇ ਵਿੱਚ ਲਿਆਂਦੀ ਜਾਂਦੀ ਹੈ ਹੁਣ ਮੋਬਾਈਲ ਟੈਕਨੋਲੋਜੀ ਕੀ ਹੈ ਮੀਨ ਜਸੀਂ ਇਹਨੂੰ ਇਕੱਲੇ ਨੂੰ ਵੀ ਯੂਜ਼ ਕਰ ਸਕਦੇ ਆ ਇਹਦੇ ਨਾਲ ਜਿਹੜੇ ਹੋਰ ਸੰਚਾਰ ਦੀਆਂ ਤਕਨੀਕਾਂ ਨੇ ਕਮਿਊਨੀਕੇਸ਼ਨ ਟੈਕਨੀਕਸ ਨੇ ਉਹਨਾਂ ਨੂੰ ਜੋੜ ਕੇ ਦੋਵਾਂ ਨੂੰ ਕਿਸੇ ਵੀ ਸਮੇਂ ਕਿਸੇ ਵੀ ਸਥਾਨ ਤੇ ਇਹਨੂੰ ਅਸੀਂ ਜਦੋਂ ਵਰਤਦੇ ਆ ਤਾਂ ਇਹ ਕੀ ਹੋ ਜਾਏਗਾ ਮੋਬਾਈਲ ਟੈਕਨੋਲੋਜੀ ਮੀਨ ਜੇ ਇੱਥੇ ਕੋਈ ਟਾਈਮ ਨਹੀਂ ਫਿਰ ਨਿਸ਼ਚਿਤ ਕੀਤਾ ਜਾਂਦਾ ਕਿਉਂਕਿ ਇਹ ਫੋਨ ਸਾਡਾ ਸਾਡੇ ਕੋਲ ਹੁੰਦਾ ਹੈ ਅਸੀਂ ਕਦੋਂ ਮਰਜ਼ੀ ਉਹਨੂੰ ਦੇਖ ਸਕਦੇ ਹਾਂ ਕਦੋਂ ਮਰਜ਼ੀ ਅਸੀਂ ਉਹ ਤੇ ਸਿੱਖ ਸਕਦੇ ਹਾਂ ਠੀਕ ਹੈ ਜੀ ਇਸ ਕਰਕੇ ਇਹਦੇ ਵਿੱਚ ਵੀ ਕੋਈ ਜਿਹੜਾ ਟਾਈਮ ਬਾਉਂਡ ਵਾਲੀ ਗੱਲ ਨਹੀਂ ਹੈ ਹੁਣ ਐਮ ਲਰਨਿੰਗ ਜਿਹੜੀ ਮੋਬਾਈਲ ਲਰਨਿੰਗ ਹੈ ਉਹਦੇ ਵਿੱਚ ਕੀ ਕੁਝ ਪੋਸੀਬਲ ਹੈ ਇਹਦੇ ਵਿੱਚ 5 ਪੁਆਇੰਟਸ ਨੇ ਪਹਿਲਾ ਹੈ ਹੱਥ ਵਿੱਚ ਫੜੇ ਜਾਣ ਵਾਲੇ ਕੰਪਿਊਟਰ ਦੂਸਰਾ ਹੈ ਐਮ ਪੀ 3 ਪਲੇਅਰ ਤੀਸਰਾ ਹੈ ਨੋਟਬੁక్స్ ਚੌਥਾ ਹੈ ਮੋਬਾਈਲ ਫੋਨ ਤੇ ਪੰਜਵਾਂ ਹੈ ਟੈਬਲੇਟ ਹੁਣ ਜਿਹੜੇ ਮੋਬਾਈਲ ਫੋਨ ਹੈ ਹੁਣ ਇਹ ਕਿਹਨੇ ਭਾਵੇਂ ਵਿਅਕਤੀ ਪੜਿਆ ਲਿਖਿਆ ਭਾਵੇਂ ਨਹੀਂ ਪੜਿਆ ਲਿਖਿਆ ਸਾਰਿਆਂ ਕੋਲ ਅਵੇਲੇਬਲ ਹੈ ਸਾਰਿਆਂ ਕੋਲ ਇੰਟਰਨੈਟ ਦੀ ਫੈਸਿਲਿਟੀ ਮੌਜੂਦ ਹੁੰਦੀ ਹੈ ਹੁਣ ਜਿਹੜੇ ਮੋਬਾਈਲ এডਿਕੇਸ਼ਨ ਹੈ ਇਹ ਸਿੱਖਿਆ ਸੰਬੰਧੀ ਜਿਹੜਾ ਕੋਈ ਵੀ ਕੰਟੈਂਟ ਹੈ ਉਹਨੂੰ ਵਿਅਕਤੀਗਤ ਜੇਬੀ ਯੰਤਰਾਂ ਮੀਨਜ਼ ਵਿਅਕਤੀ ਜਿਹੜੇ ਯੰਤਰ ਇਨਸਟਰੂਮੈਂਟ ਆਪਣੀ ਜੇਬ ਦੇ ਵਿੱਚ ਰੱਖਦਾ ਹੈ ਉਹਨਾਂ ਨਾਲ ਪ੍ਰਦਾਨ ਕਰਨ ਦੀ ਯੋਗਤਾ ਹੈ ਹੁਣ ਅਸੀਂ ਕੁਝ ਵੀ ਕੈਲਕੂਲੇਟ ਕਰਨਾ ਹੈ ਤਾਂ ਕੈਲਕੂਲੇਟਰ ਅਵੇਲੇਬਲ ਹੈ ਸਾਡੇ ਕੋਲ ਅਸੀਂ ਕੁਝ ਚੀਜ਼ ਫਾਈਂਡ ਆਊਟ ਕਰਨੀ ਹੈ ਅਸੀਂ ਕਿਤੇ ਜਾ ਰਹੇ ਹਾਂ ਸਾਨੂੰ ਲੋਕੇਸ਼ਨ ਚਾਹੀਦੀ ਹੈ ਅਸੀਂ ਕਿਵੇਂ ਜਾਣਾ ਹੈ ਸਾਨੂੰ ਸਾਰਾ ਜਿਹੜਾ ਵੇ ਹੈ ਜਿਹੜਾ ਸਾਰਾ ਰੂਟ ਹੈ ਉਹ ਆਨਲਾਈਨ ਜਿਹੜਾ ਉਹ ਮਿਲ ਜੇਗਾ ਸਾਰਾ ਕੁਝ ਤੇ ਜਿਹੜੇ ਇਹਦੇ ਵਿੱਚ 스마트ਫੋਨ ਨੇ ਤੇ ਜਿਹੜੇ ਮੋਬਾਈਲ ਫੋਨ ਨੇ ਉਹ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਹੁਣ ਜਿਹੜਾ ਇਹ ਐਮ ਲਰਨਿੰਗ ਹੈ ਇਹ ਈ ਲਰਨਿੰਗ ਦਾ ਹੀ ਇੱਕ ਰੂਪ ਹੈ ਆਨਲਾਈਨ ਲਰਨਿੰਗ ਦਾ ਹੀ ਇਹ ਇੱਕ ਰੂਪ ਹੈ ਭਾਵੇਂ ਇਹਨੂੰ ਆਨਲਾਈਨ ਲਰਨਿੰਗ ਕਹਿ ਲੋ ਬਟ ਜਿਹਦੇ ਇਹਦੇ ਵਿੱਚ ਸਿਰਫ ਇਕੱਲਾ ਮੋਬਾਈਲ ਯੂਜ਼ ਕੀਤਾ ਜਾਂਦਾ ਇਸ ਕਰਕੇ ਇਹਨੂੰ ਐਮ ਲਰਨਿੰਗ ਕਿਹਾ ਜਾਂਦਾ ਹੁਣ ਇਹਦੇ ਜਿਹੜਾ ਇਹ ਡਿਜੀਟਲ ਸਿੱਖਣ ਦੀ ਪ੍ਰਾਪਰਟੀ ਹੈ ਇੱਕ ਮੀਨਸ ਇਹ ਇਸ ਤਰ੍ਹਾਂ ਦੀ ਸੰਪਤੀ ਹੈ ਪ੍ਰਾਪਰਟੀ ਹੈ ਜਿਹਦੇ ਵਿੱਚ ਡਿਜੀਟਲ ਲਰਨਿੰਗ ਪੋਸੀਬਲ ਹੈ ਜਿਹਦੇ ਵਿੱਚ ਕਿਸੇ ਵੀ ਕੰਟੈਂਟ ਨੂੰ ਜਾਂ ਮੀਡੀਆ ਦੀ ਕਿਸੇ ਵੀ ਕਿਸਮ ਨੂੰ ਜਿਹੜਾ ਇੰਡੀਵਿਜੂਅਲ ਹੈ ਉਹ ਆਪਣੇ ਯੰਤਰ ਦੇ ਉੱਪਰ ਉਪਲਬਧ ਕਰਕੇ ਸਿੱਖ ਸਕਦਾ ਹੈ ਹੁਣ ਜਿਹੜੀ ਮੋਬਾਈਲ ਲਰਨਿੰਗ ਹੈ ਇਹਦੇ ਵਿੱਚ ਉਦੇਸ਼ ਕੀ ਹੁੰਦਾ ਹੈ ਕਿ ਸਾਰਿਆਂ ਨੂੰ ਜਿਹੜੀ ਕੁਆਲਿਟੀ ਦੀ ਐਜੂਕੇਸ਼ਨ ਦੇ ਯੋਗ ਬਣਾਉਣਾ ਹੈ ਇਹਦੇ ਵਿੱਚ ਬਿਨਾਂ ਕਿਸੇ ਕੋਈ ਜਿਹੜੀ ਭੂਗੋਲਿਕ ਹੱਦਾਂ ਨੇ ਉਹਨਾਂ ਦੀ ਪਰਵਾਹ ਕੀਤਿਆਂ ਤੇ ਇਹਨੂੰ ਵੰਡਣ ਦੇ ਜਿਹੜੇ ਢੰਗ ਨੇ ਉਹਦੇ ਵਿੱਚ ਜਿਹੜੇ ਮਿੰਜ ਕਿਸ ਤਰੀਕੇ ਨਾਲ ਅਸੀਂ ਡਿਸਟ੍ਰੀਬਿਊਟ ਕਰਨੀ ਹੈ ਨੌਲੇਜ ਇਹ ਜਿਹੜੀ ਮੋਬਾਈਲ ਟੈਕਨੋਲੋਜੀ ਹੈ ਉਹਦੇ ਨਾਲ ਹੀ ਸੰਭਵ ਹੋ ਸਕਦਾ ਹੈ ਤੇ ਹੁਣ ਕਿਤੇ ਵੀ ਬੈਠ ਕੇ ਜੇਕਰ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਆਰਾਮ ਨਾਲ ਜੋ ਮੋਬਾਈਲ ਲਰਨਿੰਗ ਹੈ ਉਹਦੇ ਥਰੂ ਕਰ ਸਕਦੇ ਹੋ ਡੀਅਰ ਸਟੂਡੈਂਟਸ ਏਸੀ ਐਮ ਲਰਨਿੰਗ ਨੈਕਸਟ ਵੀਡੀਓ ਦੇ ਵਿੱਚ ਅਸੀਂ ਐਮ ਲਰਨਿੰਗ ਬਾਰੇ ਪੂਰੀ ਡਿਟੇਲ ਦੇ ਵਿੱਚ ਐਜ਼ ਅ ਲੌਂਗ ਕੁਐਸਚਨ ਵੀ ਪੜਾਂਗੇ ਥੈਂਕ ਯੂ